ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬੀ ਇੰਡਸਟਰੀ ਦਾ ਪੱਧਰ ਅੱਜ ਬਹੁਤ ਉੱਚਾ ਹੋ ਚੁੱਕਿਆ ਹੈ ਤੇ ਬਹੁਤ ਅਦਾਕਾਰ ਪੰਜਾਬੀ ਇੰਡਸਟਰੀ ਤੋਂ ਸ਼ੁਰੂ ਕਰ ਬਾਲੀਵੁੱਡ ਵਿੱਚ ਵੀ ਆਪਣਾ ਚੰਗਾ ਨਾਮ ਬਣਾ ਚੁੱਕੇ ਹਨ। ਉਹਨਾਂ ਵਿੱਚੋਂ ਇੱਕ ਹੈ ਸਵਰੀਨ ਚਾਵਲਾ, ਜੋ ਅੱਜ ਕਾਫੀ ਉੱਚੇ ਪੱਧਰ ਤੇ ਪਹੁੰਚ ਚੁੱਕੀ ਹੈ, ਪਰ ਇਸ ਉਚਾਈ ਤੱਕ ਪਹੁੰਚਣ ਲਈ ਕਈ ਅਦਾਕਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਸਵਰੀਨ ਨੇ ਆਪਣਾ ਕੈਰੀਅਰ ਟੀਵੀ ਸੀਰੀਅਲ ਤੋਂ ਸ਼ੁਰੂ ਕੀਤਾ ਸੀ। ਸ਼ੁਰੂਆਤ ਵਿੱਚ ਉਹ ਕਹੀਂ ਤੋਂ ਹੋਗਾ, ਕਸੌਟੀ ਜ਼ਿੰਦਗੀ ਕੀ, ਰੰਗੋਲੀ ਤੇ ਕਾਮੇਡੀ ਸਰਕਸ ਵਰਗੇ ਕਈ ਸ਼ੋਅ ਵਿੱਚ ਕੰਮ ਕੀਤਾ। ਬੀਤੇ ਦਿਨੀ ਸਰਵੀਨ ਚਾਵਲਾ ਨੇ ਪਿੰਕ ਵਿਲਾ ਨਾਮੀ ਚੈਨਲ ਤੇ ਇੰਟਰਵਿਊ ਦਿੰਦੇ ਹੋਏ ਦੱਸਿਆ ਕਿ ਫਿਲਮ ਵਿੱਚ ਰੋਲ ਲਈ ਉਹਨਾਂ ਨੂੰ 5 ਵਾਰ ਕਾਸਟਿੰਗ ਕਾਊਚ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਿੱਚੋਂ 2 ਵਾਰ ਪੰਜਾਬੀ ਇੰਡਸਟਰੀ ਵਿੱਚ ਤੇ 3 ਵਾਰ ਸਾਊਥ ਵਿੱਚ। ਪਹਿਲੀ ਵਾਰ ਸਾਊਥ ਫਿਲਮ ਦੇ ਡਾਇਰੈਕਟਰ ਨੇ ਸਵਰੀਨ ਨੂੰ ਕਿਹਾ ਕਿ ਆਪਣੇ ਵਿੱਚ ਭਾਸ਼ਾ ਦੀ ਬਹੁਤ ਵੱਡੀ ਮੁਸ਼ਕਲ ਹੈ ਤੇ ਤੁਸੀਂ ਜ਼ਿਆਦਾ ਓਵਰਵੇਟ ਵੀ ਹੋ, ਇਸ ਲਈ ਮੈਂ ਤੁਹਾਡੇ 1-1 ਇੰਚ ਬਾਰੇ ਜਾਣਨਾ ਚਾਹੁੰਦਾ ਹਾਂ। ਸਵਰੀਨ ਨੇ ਕਿਹਾ, ਮੈਂ ਵਿਸ਼ਵਾਸ ਨਹੀਂ ਕਰ ਪਾਈ। ਇਸ ਤੋਂ ਬਾਅਦ ਮੈਂ ਉਹ ਫਿਲਮ ਛੱਡ ਦਿੱਤੀ। ਦੂਸਰੀ ਵਾਰ ਫਿਰ ਸਵਰੀਨ ਨੂੰ ਇੱਕ ਲੰਬੇ ਆਡੀਸ਼ਨ ਵਿੱਚ ਗੁਜ਼ਰ ਫਿਰ ਕਾਸਟਿੰਗ ਕਾਊਚ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੂੰ ਕਿਹਾ ਕਿ ਜਿੰਨਾ ਸਮਾਂ ਉਹਨਾਂ ਦੀ ਫਿਲਮ ਦੀ ਸ਼ੂਟਿੰਗ ਚੱਲੇਗੀ, ਉਹਨਾਂ ਸਮਾਂ ਸਵਰੀਨ ਨੂੰ ਲਗਾਤਾਰ ਡਾਇਰੈਕਟਰ ਦੇ ਨਾਲ ਰਹਿਣਾ ਪਵੇਗਾ। ਇਸੇ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਕਾਫੀ ਵਾਰ ਅਜਿਹਾ ਹੋ ਚੁੱਕਿਆ ਹੈ ਤੇ ਅੱਜ ਕੱਲ੍ਹ ਹੋਰ ਵੀ ਕਈ ਨਵੀਆਂ ਮਾਡਲਸ ਨਾਲ ਹੁੰਦਾ ਆ ਰਿਹਾ ਹੈ। ਇਸ ਮਾਮਲੇ ਵਿੱਚ ਤੁਸੀਂ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਡੇ ਕੀ ਵਿਚਾਰ ਹਨ। ਇਸ ਨਾਲ ਇਸੇ ਤਰ੍ਹਾਂ ਦੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ। ਧੰਨਵਾਦ।